ਸਾਡੇ ਦੂਜੇ ਘੰਟੇ ਚ ਕਾਊਂਟ ਹੁੰਦੇ ਆ। ਸੋ ਦੋਸਤੋ ਯੈਸ ਆ, ਇਹ ਤੁਹਾਡੇ ਘੰਟੇ ਜਿਹੜੇ ਤੁਸੀਂ ਕੰਮ ਕਰਦੇ ਉੱਪਰ ਦਾ ਵੀ ਆਰਡਰ ਹੈਗਾ $44 ਦਾ ਬਾਬੇ ਉਬਰ ਕਰਨ ਦਾ ਹਨਾ, ਤੁਹਾਨੂੰ ਨਹੀਂ ਪਤਾ ਹੁੰਦਾ ਵੀ ਯਾਰ ਗੱਡੀ ਲਈ ਹੈ ਜਾਂ ਨਾ ਲਈ ਹੈ, ਸਾਨੂੰ ਕਿੰਨੀ ਕੁ ਆਮਦਨ ਹੋਊਗੀ ਜੇ ਆਪਾਂ ਉਬਰ ਕਰੀਏ ਸਾਰਾ ਦਿਨ। ਸੋ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਉਬਰ ਤੋਂ ਕਿੰਨੀ ਕੁ ਆਮਦਨ ਹੁੰਦੀ ਹੈ, ਕਿੰਨੇ ਕੁ ਘੰਟੇ ਚ ਕੀ ਕੁਛ ਬਣਦਾ ਜਾਂ ਪੈਸੇ ਬਣ ਜਾਂਦੇ ਆ। ਜੇ ਤੁਸੀਂ 5-6 ਹਜ਼ਾਰ ਦੀ ਜਾਂ 4 ਹਜ਼ਾਰ ਦੀ ਗੱਡੀ ਲੈਣੀ ਆ, ਤੁਹਾਡਾ ਖਰਚਾ ਨਿਕਲੂਗਾ ਕਿ ਨਹੀਂ ਨਿਕਲੂਗਾ ਜੇ ਤੁਸੀਂ ਗੱਡੀ ਦੇ ਪੈਸੇ ਲਾਉਣੇ ਆ। ਸੋ ਇਹਦੇ 'ਤੇ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਕਿ ਤੁਹਾਨੂੰ ਪਤਾ ਲੱਗੇ ਜੇ ਤੁਸੀਂ ਪੈਸੇ ਲਾਉਣੇ ਆ ਤਾਂ ਤੁਹਾਡੀ ਰਿਕਵਰੀ ਕਿੰਨੇ ਟਾਈਮ 'ਚ ਹੋ ਸਕਦੀ ਹੈ, ਕਿੰਨੇ ਕੁ ਪੈਸੇ ਤੁਸੀਂ ਕਮਾ ਸਕਦੇ ਆ। ਪਹਿਲਾਂ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਦੋਸਤੋ, ਜਿਹੜੀ ਉਬਰ ਆ ਇਹ ਰਿਲਾਏਬਲ ਇਨਕਮ ਨਹੀਂ ਹੈਗੀ, ਆਪਾਂ ਨੂੰ ਰਿਲਾਏਬਲ ਇਨਕਮ ਸੋਰਸ ਨਹੀਂ ਮੰਨ ਸਕਦੇ ਵੀ ਜਿਵੇਂ ਤੁਸੀਂ ਜੋਬ 'ਤੇ ਜਾਂਦੇ ਆ ਤੁਹਾਨੂੰ ਪੈਸੇ ਮਿਲ ਜਾਂਦੇ ਆ, ਤੁਸੀਂ 2 ਵੀਕ ਲਾਉਣੇ ਆ ਤੁਹਾਨੂੰ ਪੱਕੇ ਪੈਸੇ ਆਉਂਦੇ ਹੀ ਆਉਂਦੇ ਆ ਕਲਵੰਤ ਮਾਨ ਦਾ ਜਦੋਂ ਆਪਾਂ ਕੰਮ ਕਰਦੇ ਹਾਂ ਕੋਈ। ਪਰ ਜਿਹੜੀ ਇਹ ਉਬਰ ਆ ਇਹ ਕਿਸੇ ਦਿਨ ਤਾਂ ਹੋ ਸਕਦਾ ਤੁਹਾਨੂੰ ਲੋੜ ਤੋਂ ਜ਼ਿਆਦਾ ਪੈਸੇ ਕਮਾ ਕੇ ਦੇ ਦੇਵੇ ਥੋੜ੍ਹੇ ਟਾਈਮ 'ਚ, ਵੀ ਤੁਸੀਂ 5-6 ਘੰਟੇ 8 ਘੰਟੇ ਲਾਇਆ $200 ਬਣਾ ਲਵੋ, ਕਿਸੇ ਦਿਨ ਹੋ ਸਕਦਾ $50 ਵੀ ਰਹਿ ਸਕਦੇ ਆ। ਸੋ ਇਹ ਡਿਪੈਂਡ ਕਰਦਾ ਵੀ ਤੁਹਾਡਾ ਦਿਨ ਕਿਹੋ ਜਿਹਾ ਜਾਂ ਤੁਹਾਨੂੰ ਸਿਟੀ ਤੁਸੀਂ ਕਿੱਥੇ ਔਡਰ ਕਰਦੇ ਹੋ ਅਤੇ ਕਿੰਨਾ ਕੁ ਟਾਈਮ ਤੁਸੀਂ ਲਾਉਣਾ, ਕਿਹੜਾ ਦਿਨ ਆ। ਸੋ ਡਿਪੈਂਡ ਕਰਦਾ ਦੋਸਤੋ, ਮੌਸਮ 'ਤੇ ਵੀ ਡਿਪੈਂਡ ਕਰਦਾ, ਜਿੱਦਾਂ ਕਹਿੰਦੇ ਬਰਫ਼ ਬਹੁਤ ਪੈਂਦੀ ਹੁੰਦੀ ਆ ਉਹਦੇ ਬਹੁਤ ਜ਼ਿਆਦਾ ਔਡਰ ਆਉਂਦੇ ਆ, ਕਿਉਂਕਿ ਲੋਕ ਬਾਹਰ ਨਹੀਂ ਜਾਂਦੇ ਖਾਣ, ਘਰ ਬਹਿ ਕੇ ਔਡਰ ਕਰੀ ਜਾਂਦੇ ਆ, ਉਹਦੇ ਤੁਹਾਡਾ ਦਿਨ ਵਧੀਆ ਲੱਗ ਸਕਦਾ। ਸੋ ਸਰਦੀਆਂ ਬੇਸਿਕਲੀ ਜਿੱਦੇ ਬਰਫ਼ ਪੈਂਦੀ ਆ ਉਹਦੇ ਵਧੀਆ ਦਿਨ ਜਾਂਦਾ, ਚੰਗੇ ਪੈਸੇ ਬਣਦੇ ਆ। ਤੁਸੀਂ ਇੱਕ ਦਿਨ ਦੇ ਵਿੱਚ 150-200-100 ਡਿਪੈਂਡ ਕਰਦਾ ਤੁਸੀਂ ਕਿੰਨੀ ਕੁ ਮਿਹਨਤ ਕਰਦੇ ਹੋ, ਜਾਂ ਤੁਸੀਂ ਕੋਈ ਵੀ ਔਡਰ ਨਹੀਂ ਛੱਡਦੇ $3 ਦਾ $4 ਦਾ $5 ਦਾ। ਪਰ ਉਬਰ 'ਤੇ ਥੋੜ੍ਹੀ ਜਿਹੀ ਕੀ ਪ੍ਰੋਬਲਮ ਆਉਂਦੀ ਆ ਵੀ ਉਬਰ 'ਤੇ ਔਡਰ ਕਈ ਵਾਰੀ ਬਹੁਤ ਛੋਟਾ ਆ ਜਾਂਦਾ, ਵੀ $3 ਦਾ ਔਡਰ ਵੀ ਆ ਜਾਂਦਾ ਮਿਨੀਮਮ। ਹੁਣ ਤੁਸੀਂ $3 ਦੇ ਔਡਰ ਤੋਂ ਪਹਿਲਾਂ ਤੁਸੀਂ 2-3 ਕਿਲੋਮੀਟਰ ਜਾਓਗੇ ਚੱਕੋਗੇ ਹੈ ਨਾ ਰੈਸਟੋਰੈਂਟ ਤੋਂ, ਫਿਰ ਉਹ 2 ਕਿਲੋਮੀਟਰ ਤੁਸੀਂ ਡਿਲੀਵਰ ਕਰਨ ਜਾਓਗੇ, ਵੀ ਉਹਦਾ ਬੜਾ ਫਾਇਦਾ ਨਹੀਂ ਹੁੰਦਾ। ਪਰ ਫਿਰ ਵੀ ਚਲੋ ਜੇ ਤੁਸੀਂ $3-4 ਦਾ ਔਡਰ ਚੱਕਦੇ ਹੋ, ਉਹ 'ਚ ਤੁਹਾਨੂੰ $1-1.5 ਅਸਲ 'ਚ ਬਚਦਾ ਹੀ ਆ, ਠੀਕ ਆ, ਚਲੋ ਥੋੜ੍ਹਾ ਬਹੁਤ ਫਾਇਦਾ ਹੋ ਜਾਂਦਾ। ਪਰ ਫਿਰ ਵੀ ਚਲੋ ਅੱਜ ਤੁਹਾਨੂੰ ਦੱਸਦੇ ਹਾਂ ਆਪਾਂ ਕਿੰਨੀ ਕੁ ਮਤਲਬ ਆਮਦਨ ਹੁੰਦੀ ਹੈ। ਹੁਣ ਆਪਾਂ ID ਔਨ ਕਰ ਲਈ ਆ ਉਬਰ ਦੀ, ਮਿੰਟ ਆਪਾਂ ਨੂੰ 5 ਹੋ ਗਏ ਆ, ਆਪਾਂ ਵੇਟ ਕਰਦੇ ਹਾਂ, ਦੇਖਦੇ ਹਾਂ ਵੀ ਆਪਾਂ ਨੂੰ ਕੋਈ ਔਡਰ ਆਉਂਦਾ ਜਾਂ ਨਹੀਂ ਆਉਂਦਾ। ਸੋ ਦੂਜੀ ਗੱਲ ਦੋਸਤੋ ਇਹ ਵੀ ਹੈ ਵੀ ਜਿਹਦੇ ਕੋਲ ਹਲੇ ਗੱਡੀ ਗੁੱਡੀ ਕੋਈ ਨਹੀਂ ਹੈਗੀ, ਫਿਰ ਵੀ ਤੁਸੀਂ ਉਬਰ ਦੀ ਇੱਕ ਵਾਰੀ ਅਕਾਊਂਟ ਬਣਾ ਕੇ ਰੱਖ ਲਓ, ਸਾਈਕਲ ਦਾ ਬਣਾ ਕੇ ਰੱਖ ਲਓ, ਕਿਉਂਕਿ ਕੱਲ੍ਹ ਨੂੰ ਫਿਰ ਜੋ ਤੁਸੀਂ ਗੱਡੀ ਲੈਂਦੇ ਆ ਤੁਹਾਡਾ ਅਕਾਊਂਟ ਬਣਿਆ ਹੁੰਦਾ, ਤੁਸੀਂ ਆਪਦਾ ਵਹੀਕਲ ਜਿਹੜਾ ਚੇਂਜ ਕਰ ਸਕਦੇ ਆ, ਗੱਡੀ ਐਡ ਕਰ ਸਕਦੇ ਆ ਉਹਦੇ ਵਿੱਚ, ਇਹ ਵੀ ਜਿਹੜੀ ਵੱਡੀ ਗੱਲ ਆ, ਕਿਉਂਕਿ ਬਾਅਦ 'ਚ ਕਿਉਂ ਅਕਾਊਂਟ ਨਹੀਂ ਬਣਦਾ ਜਾਂ ਕਿਸੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਹੋ ਜਾਣ ਤਾਂ ਫਿਰ ਉਹ ਅਕਾਊਂਟ ਆ ਜਿਹੜਾ ਬਲੌਕ ਕਰ ਦਿੰਦੇ ਆ, ਬਣਦੇ ਨਹੀਂ ਨਵੇਂ ਅਕਾਊਂਟ। ਸੋ ਵਧੀਆ ਤੁਸੀਂ ਆਪਦਾ ਅਕਾਊਂਟ ਅਕੂੰਟ ਬਣਾ ਕੇ ਰੱਖੋ ਹਰ ਜਗ੍ਹਾ ਦੇ ਉੱਤੇ। ਸੋ ਜਿਵੇਂ ਤੁਸੀਂ ਕਿਸੇ ਵੀ ਏਰੀਏ 'ਚ ਰਹਿੰਦੇ ਆ ਉੱਥੇ ਆਪਦੇ 2-3 ਜਿਹੜੇ ਅਕਾਊਂਟ ਆ ਬਣਾ ਕੇ ਰੱਖ ਲਓ, ਡੋਰ ਡੈਸ਼ ਹੋ ਗਿਆ, ਉਬਰ ਹੋ ਗਿਆ, ਠੀਕ ਹੈ, ਅਤੇ 1-2 ਹੋਰ ਹੈ ਆਪਾਂ ਸਕਿੱਪ ਦਾ ਵੀ ਤੁਸੀਂ ਟਰਾਈ ਕਰ ਸਕਦੇ ਆ। ਸਕਿੱਪ ਦਾ ਮਤਲਬ ਅਕਾਊਂਟ ਚਲੋ ਘੱਟ ਬਣਦੇ ਆ, ਕਿਉਂਕਿ ਹਰ ਇੱਕ ਬੰਦੇ ਦਾ ਸਕਿੱਪ ਦੇ ਮੰਨ ਲਓ ਉਹੀ ਗੱਲ ਵੀ ਆਰਡਰ ਵਧੀਆ ਆਉਂਦੇ ਆ। ਸਕਿੱਪ ਦੇ ਜਿਹੜੀ ਵੱਡੀ ਗੱਲ ਆ, ਇੱਥੇ ਜਿਵੇਂ ਆਪਣੇ ਉਬਰ ਬੜਾ ਚੱਲਦਾ ਇੰਡੀਆ 'ਚ, ਇੱਥੇ ਸਕਿੱਪ ਬੜਾ ਚੱਲਦਾ। ਸਕਿੱਪ ਦੇ ਵਿੱਚ ਮਿਨੀਮਮ ਆਰਡਰ ਤੁਹਾਨੂੰ $7.5 ਦਾ ਆਉਂਦਾ, $7.5 ਤੁਹਾਨੂੰ ਮਿਲਣੇ ਹੀ ਮਿਲਣੇ ਆ, ਚਾਹੇ ਤੁਸੀਂ 2 ਕਿਲੋਮੀਟਰ ਜਾਂਦੇ ਚਾਹੇ ਤੁਸੀਂ 3-3 ਕਿਲੋਮੀਟਰ ਜਾਂਦੇ ਆ, ਵੀ ਉਹ ਮਿਨੀਮਮ ਆ ਉਹਨਾਂ ਦਾ, ਜ਼ਿਆਦਾ ਕਿਲੋਮੀਟਰ ਦਾ ਆਰਡਰ ਹੋਊਗਾ ਜ਼ਿਆਦਾ ਪੈਸੇ ਬਣਨਗੇ। ਇਹ ਬੜੀ ਵਧੀਆ ਗੱਲ ਹੈ, ਸਕਿੱਪ ਦਾ ਬਣ ਜੇ ਉਹਦੇ 'ਚ ਤੁਸੀਂ ਚੰਗੀ ਇਨਕਮ ਮਤਲਬ ਲੈ ਸਕਦੇ ਆ। ਇਹ ਚੀਜ਼ ਤੋਂ ਤੁਸੀਂ ਇਹ ਕੰਮ ਨੂੰ ਮਤਲਬ ਐਜ਼ ਏ ਫੁੱਲ ਟਾਈਮ ਆਪਦਾ ਕੰਮ ਕਰ ਸਕਦੇ ਆ ਜੇ ਤੁਹਾਡੇ ਕੋਲ ਸਕਿੱਪ ਦੀ ਆਈਡੀ ਹੈਗੀ ਆ। ਬਾਕੀ ਉਹੀ ਗੱਲ ਜਿਵੇਂ ਬਾਈ ਤੁਸੀਂ ਕਿਹਾ ਸਾਈਕਲ ਤੇ ਹਨਾ, ਮਤਲਬ ਜਿਹੜੇ ਬੰਦੇ ਗੱਡੀ ਅਫੋਰਡ ਨਹੀਂ ਕਰ ਸਕਦੇ ਹਨਾ, ਵੀ ਸਾਈਕਲ ਤੇ ਵਧੀਆ ਜਾ ਸਕਦੇ ਆ, ਤਾਂ ਉਹ ਮੰਨ ਲਾ ਜਿਨ੍ਹਾਂ ਕੋਲੇ ਕੰਮ ਨਹੀਂ ਹੈਗਾ ਜਾਂ ਬੰਦੇ ਡ੍ਰੌਪ ਤੇ ਆ, ਤਾਂ ਉਹ ਤੇ ਵੀ ਬਣਾ ਸਕਦੇ ਆ ਆਪਦੀ। ਬਿਲਕੁਲ, ਜਦੋਂ ਹੁਣ ਗਰਮੀਆਂ ਆ ਗਈਆਂ, ਤੁਸੀਂ ਆਪਦਾ $200-300 ਦਾ ਜਿਹੜਾ ਇਲੈਕਟ੍ਰਿਕ ਸਾਈਕਲ ਆ ਤੁਸੀਂ ਉਹ ਲੈ ਸਕਦੇ ਆ, ਉਹ ਤੇ ਵੀ ਤੁਸੀਂ ਡਿਲੀਵਰੀ ਮਾਰ ਸਕਦੇ ਆ, ਠੀਕ ਹੈ, 40-50 ਕਿਲੋਮੀਟਰ ਉਹ ਚੱਲਦਾ ਹੁੰਦਾ, ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਤੁਸੀਂ ਕਰਨੀ ਆ ਡਿਲੀਵਰੀ, ਉਹ ਤੇ ਵੀ ਕਰ ਸਕਦੇ ਆ। ਗਰਮੀਆਂ 'ਚ ਚੱਲੂਗਾ ਕਿਉਂਕਿ ਹੁਣ ਬਰਫ਼ ਪਈ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਵੀ ਨਹੀਂ ਇੰਨਾ ਕੰਮ ਕੀਤਾ ਇਹਨਾਂ ਸਾਈਕਲ 'ਤੇ, ਪਰ ਆਪਦੇ ਅਕਾਊਂਟ ਫਿਰ ਵੀ ਜ਼ਰੂਰ ਬਣਾ ਕੇ ਰੱਖੋ ਸਾਰੇ ਜਣੇ। ਬਾਕੀ ਇੱਕ ਮੇਨ ਗੱਲ ਇਹ ਆ ਵੀ ਜਿਹੜੇ ਬੰਦੇ ਕਹਿੰਦੇ ਉਬਰ, ਮੰਨ ਲਓ ਅਕਾਊਂਟ ਹੁੰਦੀ ਆ ਬਈ ਆਪਣੇ ਉਹ 'ਚ ਆਵਰਸ, ਉਹਦੇ ਅਕਾਊਂਟ ਹੁੰਦੇ ਆ। ਦੂਜੀ ਗੱਲ, ਕਈ ਬੰਦਿਆਂ ਦਾ ਕੁਐਸਚਨ ਇਹ ਹੁੰਦਾ, ਕਈ ਵਾਰ ਪੁੱਛਦੇ ਆ ਬਈ ਯਾਰ ਜਿਹੜੀ ਉਬਰ ਦੇ ਘੰਟੇ ਆ ਵੀ ਕੀ ਸਾਡੇ ਦੂਜੇ ਘੰਟਿਆਂ 'ਚ ਅਕਾਊਂਟ ਹੁੰਦੇ ਆ। ਸੋ ਦੋਸਤੋ ਯੈਸ ਆ, ਇਹ ਤੁਹਾਡੇ ਘੰਟੇ ਜਿਹੜੇ ਤੁਸੀਂ ਕੰਮ ਕਰਦੇ ਆ, ਇਹ ਤੁਹਾਡੇ ਉਹ ਜਿਹੜੇ ਐਜ਼ ਅ ਜੋਬ ਘੰਟਿਆਂ ਦੇ ਵਿੱਚ ਇਹ ਹੁੰਦੇ ਆ ਅਕਾਊਂਟ। ਸੋ ਤੁਸੀਂ 20 ਘੰਟੇ ਲਾਉੜਾ ਤਾਂ 20 ਘੰਟੇ ਹੀ ਕਰੋ। ਮੇਬੀ ਜਦੋਂ ਅਕਾਊਂਟ ਬਣਾਉਣੇ ਆਪਾਂ ਸਿਨ ਨੰਬਰ ਸਾਰਾ ਆਪਣਾ ਹੁਣ ਮੰਗਦੇ ਆ, ਸਾਰਾ ਕੁਝ ਚੜ੍ਹਦਾ ਆਪਣਾ, ਸੋ ਆਪਣੀ ਜਿਹੜੀ ਇਨਕਮ ਆ ਇਹ ਸਿਨ 'ਤੇ ਚੜ੍ਹਦੀ ਆ ਦੋਸਤੋ। ਸੋ ਆਪਦਾ ਇਹ ਵੀ ਥੋੜ੍ਹਾ ਜਿਹਾ ਧਿਆਨ ਰੱਖਿਓ ਵੀ ਤੁਹਾਡੇ 9 ਘੰਟਿਆਂ ਤੋਂ ਉੱਪਰ ਤੁਹਾਡੀ ਜਿਹੜੀ ਜੋਬ ਆ ਉਬਰ ਵਾਲੀ ਨਾ ਜਾਵੇ ਤਾਂ ਵਧੀਆ ਗੱਲ ਆ। ਅਤੇ ਦੂਜਾ ਫਾਇਦਾ ਤੁਹਾਨੂੰ ਮੈਂ ਇੱਕ ਇਹ ਗੱਲ ਦੱਸਦਾ ਵੀ ਜੇ ਤੁਸੀਂ ਡੋਰ ਡੈਸ਼ ਬਣਾ ਲੈਂਦੇ ਆ ਨਾ, ਤਾਂ ਡੋਰ ਡੈਸ਼ ਦੇ ਵਿੱਚ ਵੈਰੀਫਿਕੇਸ਼ਨ ਨਹੀਂ ਆਉਂਦੀ, ਉਹ ਤੁਸੀਂ ਕਿਸੇ ਦਾ ਅਕਾਊਂਟ ਵੀ ਯੂਜ਼ ਕਰ ਸਕਦੇ ਹੋ। ਸਕਿੱਪ ਦਾ ਵੀ ਕਿਸੇ ਦਾ ਅਕਾਊਂਟ ਯੂਜ਼ ਕਰ ਸਕਦੇ ਆ, ਆਪਣੇ ਭਰਾ ਦਾ, ਕਿਸੇ ਹੋਰ ਦਾ,
ਤੁਸੀਂ ਉਹਦਾ ਅਕਾਊਂਟ ਬਣਾ ਸਕਦੇ ਆ, ਉਹਦਾ ਅਕਾਊਂਟ ਆਪਦੇ ਨਾਲ ਯੂਜ਼ ਕਰਕੇ। ਹਾਂ ਇੰਨਾ ਹੁੰਦਾ ਵੀ ਜਿਹੜੇ ਪੈਸੇ ਆ ਉਹ ਉਸੇ ਬੰਦੇ ਨੂੰ ਜਾਣਗੇ, ਤੁਹਾਡੇ ਬ੍ਰਦਰ ਨੂੰ ਜਾਣਗੇ, ਜਾਂ ਜਿਹਦਾ ਤੁਸੀਂ ਅਕਾਊਂਟ ਲਿਆ ਉਹ ਬੰਦੇ ਦੇ ਅਕਾਊਂਟ ਜਾਣਗੇ। ਵੈਰੀਫਿਕੇਸ਼ਨ ਇਹ ਤੁਸੀਂ ਇਦਾਂ ਕਹਿ ਰਹੇ ਹੋ ਜਿਵੇਂ ਉਬਰ ਦਾ ਆਰਡਰ, ਕਈ ਵਾਰ ਫੋਟੋ ਮੰਗ ਲੈਂਦਾ ਉਬਰ, ਜਿਵੇਂ ਹੁਣ ਦੋਸਤੋ ਉਬਰ, ਹਾਂ ਉਬਰ ਫੋਟੋ ਮੰਗ ਲੈਂਦਾ, ਡੋਰ ਡੈਸ਼ ਤੇ ਸਕਿੱਪ ਚ ਉਦਾਂ ਦਾ ਫੋਟੋ ਫਾਟੋ ਵਾਲੀ ਵੈਰੀਫਿਕੇਸ਼ਨ ਕੋਈ ਨਹੀਂ, ਬਸ ਪੈਸੇ ਉਹ ਬੰਦੇ ਦੇ ਅਕਾਊਂਟ ਚ ਜਾਣਗੇ। ਪਰ ਤੁਸੀਂ ਜੇ ਤੁਹਾਡਾ ਜਾਣਕਾਰ ਕੋਈ ਦੋਸਤ ਮਿੱਤਰ ਚੰਗਾ ਹੈਗਾ ਤਾਂ ਤੁਸੀਂ ਜਿਵੇਂ ਉਹਨੂੰ ਵੀਕਲੀ ਦਾ ਹਿਸਾਬ ਆਪਣਾ ਆ ਜਾਂਦਾ ਐਪ ਦੇ ਉੱਤੇ, ਉਹਨੂੰ ਜਾਣਗੇ ਪੈਸੇ, ਤੁਸੀਂ ਉਹ ਤੋਂ ਵਾਪਸ ਲੈ ਸਕਦੇ ਆ। ਹਾਂ ਪਰ ਇਹ ਗੱਲ ਚ ਤੁਸੀਂ ਧਿਆਨ ਰੱਖਣਾ ਵੀ ਉਹ ਬੰਦੇ ਨੂੰ ਤੁਸੀਂ ਥੋੜੇ ਬਹੁਤ ਪੈਸੇ ਛੱਡਣੇ ਆ। ਜਿਵੇਂ ਤੁਸੀਂ $100 ਕਮਾ ਲਿਆ, ਉਹਨੂੰ $10 ਛੱਡ ਦੋ, ਕਿਉਂਕਿ ਕੀ ਹੈ ਕੱਲ ਉਹਨੂੰ ਟੈਕਸ ਭਰਨਾ ਪਊਗਾ, ਤਾਂ ਜਿਵੇਂ $100 ਪਿੱਛੇ $10 ਟੈਕਸ ਮੰਨ ਲਓ ਤੁਸੀਂ ਛੱਡ ਸਕਦੇ ਆ ਬੰਦੇ ਨੂੰ, ਠੀਕ ਆ। ਸੋ ਇਹ ਗੱਲ ਦਾ ਵੀ ਧਿਆਨ ਰੱਖੋ ਵੀ ਤੁਹਾਡੀ ਜਿਹੜੀ ਮਿੱਤਰਤਾ ਆਪਦੀ ਜਾਂ ਕੋਈ ਰਿਲੇਸ਼ਨ ਨਾ ਖਰਾਬ ਨਾ ਹੋਵੇ, ਕਿਉਂਕਿ ਉਹਨੂੰ ਵੀ ਟੈਕਸ ਪਊਗਾ ਕੱਲ ਨੂੰ। ਸੋ ਤੁਹਾਡਾ ਰਿਲੇਸ਼ਨ ਖਰਾਬ ਹੋ ਸਕਦਾ ਇਹ ਗੱਲਾਂ ਪਿੱਛੇ ਵੀ, $10 $100 ਪਿੱਛੇ ਛੱਡ ਦੋਗੇ ਕੋਈ ਵੱਡੀ ਗੱਲ ਨਹੀਂ ਹੈਗੀ। ਸੋ ਇਹ ਗੱਲਾਂ ਦਾ ਵੀ ਧਿਆਨ ਰੱਖਣਾ। ਬਾਕੀ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਵੀ ਕਿੰਨੀ ਕਿ ਇਨਕਮ ਆਪਾਂ ਨੂੰ ਹੋਈ ਹੈ, ਕੋਈ ਆਰਡਰ ਆਉਂਦਾ ਕਿ ਨਹੀਂ। ਕਈ ਵਾਰੀ ਕੀ ਹੁੰਦਾ ਵੀ ਚਾਰ ਚਾਰ ਪੰਜ ਪੰਜ ਘੰਟੇ ਬਹੁਤ ਸਲੋ ਆਰਡਰ ਹੁੰਦੇ ਆ, ਘੰਟੇ ਚੱਕਰ ਦਾ ਹੀ ਆਰਡਰ ਆਉਂਦਾ, ਆਮਦਨ ਨਹੀਂ ਹੁੰਦੀ। ਸੋ ਉਸ ਦਿਨ ਨੂੰ ਆਪਾਂ ਕਹਿ ਸਕਦੇ ਹਾਂ ਵੀ ਡੈਡ ਸੀਗਾ ਅੱਜ, ਅੱਜ ਉਬਰ ਜਾਂ ਸਕਿੱਪ ਦੀ ਕੋਈ ਇਨਕਮ ਨਹੀਂ ਸੀਗੀ ਜ਼ਿਆਦਾ। ਸੋ ਇਹ ਆਪਾਂ ਦਿਖਾਉਣੇ ਆ ਤੁਹਾਨੂੰ ਅੱਜ ਅੱਗੇ ਜਾ ਕੇ ਵੀ ਕੀ ਬਣਦਾ। ਬਾਕੀ ਦੋਸਤੋ ਜਿਵੇਂ ਤੁਸੀਂ ਹੁਣ ਜਿਹੜਾ ਉਬਰ ਤੁਸੀਂ ਕਰਨੀ ਆ ਜਾਂ ਕਿੱਥੇ ਖੜਨਾ ਤੁਸੀਂ, ਤੁਹਾਨੂੰ ਜ਼ਿਆਦਾ ਮਤਲਬ ਆਰਡਰ ਆ ਨੇੜੇ ਨੇੜੇ ਤੁਹਾਨੂੰ ਆਉਣ, ਜਿਵੇਂ ਹੁਣ ਜਿਹੜੇ ਆਹ ਉਬਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਵੀ ਆਹ ਰੈੱਡ ਜਿਹੇ ਏਰੀਆ ਆ ਰਿਹਾ, ਜਦੋਂ ਤੁਸੀਂ ਮੈਪ 'ਤੇ ਦੇਖਦੇ ਹਾਂ ਨਾ ਆਹ ਇੱਕ ਰੈੱਡ ਏਰੀਆ ਆ ਰਿਹਾ, ਇੱਥੇ ਆ ਰਿਹਾ, ਅਤੇ ਜਾਂ ਫਿਰ ਤੁਹਾਨੂੰ ਆਹ ਦਿਸ ਰਿਹਾ, ਤੁਸੀਂ ਅਸੀਂ ਕਿੱਥੇ ਖੜ੍ਹੇ ਹਾਂ, ਅਸੀਂ ਇਸ ਜਗ੍ਹਾ ਖੜ੍ਹੇ ਹਾਂ, ਥੋੜ੍ਹਾ ਦੂਰ ਹਾਂ ਰੈੱਡ ਏਰੀਏ ਦੇ ਵਿੱਚੋਂ। ਰੈੱਡ ਏਰੀਆ ਦਾ ਮਤਲਬ ਹੁੰਦਾ ਵੀ ਉੱਥੇ ਜਾ ਕੇ ਖੜੋਗੇ ਤਾਂ ਉਹਦੇ ਨੇੜਲੇ ਜਿਹੜੇ ਰੈਸਟੋਰੈਂਟ ਬਿਜ਼ੀ ਹੋਣਗੇ ਉਹਨਾਂ ਦੇ ਔਡਰ ਤੁਹਾਨੂੰ ਜ਼ਿਆਦਾ ਆਉਣ ਦੀ ਸੰਭਾਵਨਾ ਹੁੰਦੀ ਹੈ ਵੀ, ਕਿਉਂਕਿ ਤੁਸੀਂ ਉਹਦੇ ਨੇੜੇ ਖੜ੍ਹੇ ਹੋ, ਤਾਂ ਉਬਰ ਤੁਹਾਨੂੰ ਹੀ ਗਿੜੇ ਮਤਲਬ ਤੁਹਾਨੂੰ ਔਡਰ ਜ਼ਿਆਦਾ ਦੇਊਗਾ। ਹੁਣ ਅਸੀਂ ਜਿਵੇਂ ਇੱਥੇ ਖੜ੍ਹੇ ਹਾਂ ਦੂਰ ਆ, ਅਸੀਂ ਆਹ ਏਰੀਏ ਦੇ ਵਿੱਚ ਜਾ ਕੇ ਖੜਾਂਗੇ ਤਾਂ ਕਿ ਸਾਨੂੰ ਜਿਹੜੇ ਔਡਰ ਆ ਉੱਥੇ ਨੇੜੇ ਹੋ ਸਕਦਾ ਵੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਵੀ ਔਡਰ ਆਉਣ ਦੀ। ਸੋ ਇਹ ਗੱਲਾਂ ਦਾ ਵੀ ਤੁਸੀਂ ਧਿਆਨ ਰੱਖਣਾ ਵੀ ਉਸ ਏਰੀਏ ਦੇ ਵਿੱਚ ਜਾ ਕੇ ਖੜ੍ਹਨਾ ਜਿੱਥੇ ਜ਼ਿਆਦਾ ਤੁਹਾਨੂੰ ਔਡਰ ਆਉਣ ਦੀ ਹੋਵੇ ਮਤਲਬ ਸੰਭਾਵਨਾ ਹੋਵੇ। ਆ ਦੋਸਤੋ ਆਪਾਂ ਨੂੰ ਔਡਰ ਆ ਗਿਆ, ਦੇਖੋ 8+ ਦਾ ਆਪਾਂ ਚੱਕਣ ਲੱਗੇ ਇਹਨੂੰ, ਡੋਰ ਡੈਸ਼ 'ਤੇ ਆਪਾਂ ਨੂੰ ਔਡਰ ਆਇਆ, ਠੀਕ ਹੈ ਜੀ। ਅਤੇ ਇਹ ਆਪਾਂ ਜਾਣਾ ਕਿੱਧਰ ਨੂੰ ਆਏ ਹੁਣ ਆਪਾਂ ਨੂੰ ਮੈਪ ਦੱਸੂਗਾ, ਆਪਾਂ ਉਹ ਰੈਸਟੋਰੈਂਟ 'ਤੇ ਜਾਂਦੇ ਹਾਂ, 1.6 ਕਿਲੋਮੀਟਰ ਦੂਰ ਆ ਰੈਸਟੋਰੈਂਟ, ਉੱਥੇ ਜਾ ਕੇ ਆਪਾਂ ਔਡਰ ਚੱਕਦੇ ਹਾਂ, ਦੇਖੋ ਠੀਕ ਹੈ ਨਾ। ਆ ਜਾਓ ਚੱਲਦੇ ਹਾਂ ਆਪਾਂ ਨਾਲ ਨਾਲ, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਹੜੇ ਰੈਸਟੋਰੈਂਟ ਤੋਂ ਆਪਣਾ ਔਡਰ ਆਇਆ, ਅਤੇ ਬਸ 2 ਮਿੰਟ ਲੱਗਦੇ ਆਪਾਂ ਨੂੰ ਰੈਸਟੋਰੈਂਟ 'ਤੇ ਜਾ ਕੇ ਔਡਰ ਚੱਕਣ ਦੇ, ਨਾਲ ਹੀ ਆਪਾਂ ਨੂੰ ਡਿਲੀਵਰੀ ਆਪਸ਼ਨ ਆ ਜਾਂਦੀ ਹੈ ਵੀ ਆਪਾਂ ਕਿੱਥੇ ਔਡਰ ਲੈ ਕੇ ਜਾਣਾ, ਅਤੇ ਆਪਾਂ ਤੁਹਾਨੂੰ ਨਾਲ ਨਾਲ ਦਿਖਾਉਂਦੇ ਹਾਂ। ਆ ਜਾਓ ਬਾਬੇ, ਜਿਹੜਾ ਆਪਾਂ ਨੂੰ ਔਡਰ ਆਇਆ ਨਿਊਯਾਰਕ ਫਰਾਈਜ਼ ਤੋਂ ਆਇਆ, ਆਪਾਂ ਉਹ ਰੈਸਟੋਰੈਂਟ 'ਤੇ ਚੱਲੇ ਹਾਂ, ਅਤੇ ਬੈਗ ਤੁਸੀਂ ਨਾਲ ਜ਼ਰੂਰ ਲੈ ਕੇ ਜਾਣਾ ਜਿਹੜਾ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਬੈਗ ਰੈੱਡ ਜਿਹਾ ਬੈਗ ਡੋਰ ਡੈਸ਼ ਦਾ ਆਇਆ ਹੋਇਆ। ਜੀ ਉਹ ਐਪ 'ਚ ਆਪਾਂ ਅਪਲੋਡ ਕਰ ਦੇਣੀ ਆ, ਹੁਣ ਆਪਾਂ ਨੂੰ ਡਿਲੀਵਰੀ ਆ ਜੂਗੀ ਵੀ ਆਪਾਂ ਇੱਥੇ ਜਾਣਾ। ਸੋ ਕਿੰਨੇ ਕਿਲੋਮੀਟਰ ਦੀ ਆਪਾਂ ਦੇਖਦੇ ਹਾਂ ਤੁਹਾਡੇ ਸਾਹਮਣੇ, 4.9 ਕਿਲੋਮੀਟਰ ਦੀ ਡਿਲੀਵਰੀ ਆ, ਬਸ ਬੈਗ 'ਚ ਪਾ ਕੇ ਗੱਡੀ 'ਚ ਰੱਖ ਕੇ ਅਤੇ ਆਪਾਂ ਤੁਰ ਪੈਣਾ। ਹਾਂ ਮਤਲਬ ਪਹੁੰਚਣ ਵਾਲੇ ਹਾਂ ਘਰੇ, ਆਪਾਂ ਨੂੰ 5-7 ਮਿੰਟ ਲੱਗੇ, ਆਪਾਂ ਵੀਡੀਓ ਉੱਥੋਂ ਕੱਟਤੀ ਸੀਗੀ, ਆਹ 2 ਮਿੰਟ ਦਾ ਰਸਤਾ ਰਹਿ ਗਿਆ, ਆਪਾਂ ਇੱਥੋਂ ਮੁੜ ਗਿਆ, ਘਰ ਦੀ ਲੋਕੇਸ਼ਨ ਤੁਹਾਨੂੰ ਸ਼ੋਅ ਹੋ ਜਾਂਦੀ ਹੈ ਇੱਥੇ ਵਿਦ ਨੰਬਰ ਸਾਰਾ ਕੁਛ, ਕਿਹੜੇ ਇੱਕ ਨੰਬਰ ਤੁਸੀਂ ਘਰੇ ਜਾਣਾ ਅਤੇ ਕਿੱਥੇ ਜਾਣਾ। ਆਪਾਂ ਤੁਹਾਨੂੰ ਹੁਣ ਪ੍ਰੋਪਰ ਡਿਲੀਵਰੀ ਕਰਕੇ ਦਿਖਾਵਾਂਗੇ ਵੀ, ਸਿਰਫ ਅੱਧਾ 5-4 ਸੈਕਿੰਡ ਲੱਗਦਾ, ਦੇਖੋ ਘਰ ਬਣ ਕੇ ਆ ਜਾਂਦਾ, ਤੁਹਾਨੂੰ ਸਾਰਾ ਕੁੱਤੇ ਆ ਜਾਂਦਾ ਕੈਨੇਡਾ ਦੇ ਵਿੱਚ, ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਲੱਭਣ ਦੇ ਲਈ ਵੀ ਘਰ ਕਿੱਥੇ। ਆਪਾਂ ਜਾਣਾ 317 ਨੰਬਰ ਘਰ ਦੇ ਵਿੱਚ, ਇੱਥੇ ਸ਼ੋਅ ਹੁੰਦਾ, ਤੁਸੀਂ ਜਦੋਂ ਜਮ੍ਹਾਂ ਘਰ ਦੇ ਸਾਹਮਣੇ ਆ ਗਏ ਤੁਹਾਨੂੰ ਉਦੋਂ ਦੇਖ ਲਓ ਮੈਪ, ਉੱਥੇ ਤੁਹਾਡੀ ਗੱਡੀ ਰੁਕ ਜਾਣੀ ਆਪ ਹੀ। ਇਹ ਆਹ ਦੇਖੋ ਆਪਾਂ ਆ ਗਏ ਘਰੇ, ਇੱਧਰ ਦੇਖੋ 317 ਨੰਬਰ ਉਹ ਦੇਖੋ ਲਿਖਿਆ ਹੋਇਆ, ਆਪਾਂ ਉੱਥੇ ਆਪਾਂ ਡਿਲੀਵਰੀ ਕਰ ਦੇਣੀ ਆ। ਐਪ ਤੁਸੀਂ ਐਗਜਿਟ ਕਰ ਦੇਣਾ ਇੱਥੋਂ, ਠੀਕ ਹੈ, ਜਦੋਂ ਡਿਲੀਵਰ ਕਰਤੀ ਉਦੋਂ ਕੰਪਲੀਟ ਡਿਲੀਵਰ ਸਟੈਪ ਕਰ ਦੇਣਾ ਬਾਹਰ, ਇੱਥੋਂ ਜਿੰਨੇ ਵੀ ਤੁਸੀਂ ਸਟੈਪ ਆਉਣਗੇ ਡਿਲੀਵਰੀ ਦੇ ਕੰਪਲੀਟ ਕਰ ਦੇਣਾ ਤੁਸੀਂ।
ਠੀਕ ਆ ਤੁਹਾਨੂੰ ਮੈਂ ਡਿਲੀਵਰੀ ਦੇ ਕੇ ਆਉਣਾ ਦੋਸਤੋ ਆਰਡਰ ਤੋਂ ਬਾਅਦ ਨਾ ਆਪਾਂ ਉਹਦੀ ਫੋਟੋ ਲੈ ਕੇ ਅਪਲੋਡ ਕਰਨੀ ਹੁੰਦੀ ਉਹ ਆਪਾਂ ਕਰਤੀ ਹੁਣ ਤੁਸੀਂ ਇਹ ਦੇਖੋ ਕਈ ਵਾਰੀ ਕੀ ਹੁੰਦਾ ਹੁਣ ਆਪਾਂ ਨੂੰ ਨਾ ਬੇਸ ਆਰਡਰ ਸੀਗਾ ਆਪਾਂ ਨੂੰ 8 ਦਾ ਦਿਖਾਉਂਦੇ ਸੀ ਉਦੋਂ ਵੀ $8 ਪਲੱਸ ਆ 8 ਤੋਂ ਵੱਧ ਵੀ ਸਕਦਾ 8 ਵੀ ਰਹਿ ਸਕਦਾ ਹੁਣ ਆਰਡਰ ਸੀਗਾ ਆਪਾਂ ਨੂੰ ਸਿਰਫ $4 ਦਾ ਪਰ ਆਪਾਂ ਨੂੰ ਟਿਪ ਕਿੰਨੀ ਮਿਲੀ ਆ ਦੇਖੋ ਕਸਟਮਰ ਟਿਪ $7.5 ਸੋ ਆਪਾਂ ਨੂੰ 8 ਤੋਂ ਬਾਅਦ ਆਰਡਰ ਆ ਜਿਹੜਾ $11.50 ਮਿਲ ਗਏ ਆਪਾਂ ਨੂੰ $11.50 ਮਿਲ ਗਏ ਸੋ ਇਹ ਦੇਖ ਲਓ ਟਿਪ ਵੀ ਮਿਲ ਜਾਂਦੀ ਹੈ ਕਈ ਵਾਰੀ ਫਿਨਿਸ਼ ਕਰਤਾ ਇਹ ਆਰਡਰ ਆਪਣਾ ਕੰਪਲੀਟ ਹੋ ਗਿਆ $11.50 ਆਪਾਂ ਨੂੰ ਡਾਲਰ ਬਣ ਗਿਆ ਆਪਾਂ ਨੂੰ 40 ਮਿੰਟ ਹੋਇਆ ਸਾਰਾ ਰੂਟ ਲਾਉਣ ਕੀਤੀ ਨੂੰ ਆਪਾਂ ਨੂੰ 2-3 ਮਿੰਟ ਹੀ ਹੋਇਆ ਉਸ ਤੋਂ ਬਾਅਦ ਆਪਾਂ ਨੂੰ ਇੱਕ ਹੋਰ ਆਰਡਰ ਆ ਗਿਆ ਦੇਖੋ ਡੋਰਡੈਸ਼ ਦਾ 8+ ਹੀ ਇਹ ਆ 3.5 ਕਿਲੋਮੀਟਰ ਸੋ ਆਪਾਂ ਆਰਡਰ ਚੱਕ ਲਿਆ ਹੁਣ ਜਿੱਥੇ ਜਾਣਾ ਆਪਾਂ ਨੂੰ ਰੈਸਟੋਰੈਂਟ ਦੀ ਲੋਕੇਸ਼ਨ ਆ ਜਾਣੀ ਆ ਠੀਕ ਹੈ ਜੀ ਆਪਾਂ ਜਾ ਵੜਨਾ ਉੱਥੇ ਆ ਦੇਖੋ ਉਹ ਕਰ ਦੇਣਾ ਆਪਾਂ ਲੋਕੇਸ਼ਨ 'ਤੇ ਪਹੁੰਚ ਜਾਣਾ ਜਿਹੜੀ ਲੋਕੇਸ਼ਨ ਆ ਉਹਦੀ 3.5 ਕਿਲੋਮੀਟਰ ਦੂਰ ਹੈ ਇੱਕ ਰੈਸਟੋਰੈਂਟ ਆਪਾਂ ਉੱਥੇ ਚਲੇ ਜਾਣਾ ਦੂਜਾ ਆਰਡਰ ਆ ਗਿਆ ਆਪਾਂ ਨੂੰ ਉਬਰ ਦਾ ਵੀ ਆਰਡਰ ਆ ਗਿਆ $44 ਤੇ ਵਾਲਮਾਰਟ ਤੋਂ ਦੂਜਾ ਇਹ ਉਬਰ ਚੱਕ ਪਰ ਪੈਕੇਜ ਆ ਚੱਕਾ ਪਰ ਆਪਾਂ ਕਰਨੀ ਹੈ ਗਰੋਸਰੀ ਉਹ ਭੈਣ ਚੱਕਿਆ ਗਿਆ ਬਾਬੇ ਬਹੁਤ ਵਧੀਆ ਸੀ ਆਰਡਰ ਉਹ ਚੱਕ ਲੈ ਫਿਰ ਤੇ ਹੋਰ ਚੱਕ ਲੈ ਕਿਸੇ ਨੇ ਨਾ ਉਹ ਚੱਕ ਆ ਪਿਆ ਹਜੇ ਟਾਈਮ ਕਾਹਤੋਂ ਪਤਾ ਚੱਕ ਲੈ ਫਿਰ ਦੋਸਤੋ ਆਪਾਂ ਨੂੰ $44 ਦਾ ਇੱਕ ਆਰਡਰ ਆਇਆ ਸੀ ਤੁਸੀਂ ਦੇਖਿਆ ਹੋਣਾ ਉਹਨੇ ਸਕਰੀਨ ਤੇ ਪਰ ਉਹ ਕੀ ਹੁੰਦਾ ਉਹ ਕਿਸੇ ਹੋਰ ਨੇ ਚੱਕ ਲਿਆ ਉਹ ਰਡਾਰ ਤੇ ਪਾਉਂਦੇ ਹੁੰਦੇ ਵੀ ਜਿਹੜਾ ਵੀ ਸ਼੍ਰੀ ਚੱਕ ਲੂਗਾ ਉਹਨੂੰ ਚਲਾ ਜਾਊਗਾ ਆਰਡਰ ਸੋ ਕਿਸੇ ਹੋਰ ਨੇ ਆਪਣਾ ਉਹ ਚੱਕ ਲਿਆ ਦੋਸਤੋ ਆਰਡਰ $44 ਦਾ ਆਪਾਂ ਤੋਂ ਹੱਥੋਂ ਪਹੁੰਚ ਗਿਆ 11 ਕਿਲੋਮੀਟਰ ਦਾ ਆਰਡਰ ਸੀਗਾ ਵਾਲਮਾਰਟ ਤੋਂ ਪਰ ਇੱਕ ਗੱਲ ਦਾ ਧਿਆਨ ਰੱਖਿਓ ਬਾਬੇ ਬੈਗ ਚ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਕਈ ਵਾਰ ਆਰਡਰ ਠੰਡਾ ਹੋ ਜਾਂਦਾ ਤੁਹਾਡਾ ਸਾਰਾ ਠੀਕ ਆ ਹੁਣ ਆਪਾਂ ਬੈਗ ਚ ਪਾਵਾਂਗੇ ਇਹਨੂੰ ਸਾਰੇ ਨੂੰ ਬੋਤਲ ਕੱਢ ਕੇ ਆਪਾਂ ਉਹਦੇ ਵਿੱਚ ਪਈ ਜਿਹੜੀ ਠੰਡੇ ਵਾਲੀ ਆਪਾਂ ਨੂੰ ਬੈਗ ਚ ਪਾਉਣ ਦੀ ਕੋਸ਼ਿਸ਼ ਕਰਾਂਗੇ ਪੀਏ ਨੂੰ ਜੇ ਪਿਆ ਆਪਣੇ ਕੋਲ ਕਿਉਂਕਿ ਪਤਾ ਕੀ ਆ ਜਿਹੜਾ ਬੈਗ ਆ ਉਹਨੂੰ ਗਰਮ ਰੱਖਦਾ ਫੂਡ ਨੂੰ ਦੋਸਤੋ ਸਾਰੇ ਨੂੰ ਤੇ ਨਹੀਂ ਤਾਂ ਠੰਡਾ ਹੋ ਜਾਂਦਾ ਫੂਡ ਬਾਹਰ ਆਪਾਂ ਬੈਗ ਚ ਪਾ ਕੇ ਰੱਖਾਂਗੇ ਤਾਂ ਕਿ ਥੋੜਾ ਗਰਮ ਰਵੇ ਆਰਡਰ ਆ ਗਿਆ ਜਾਂਦੇ ਆ ਕਹਿੰਦੇ ਆਰਡਰ ਸੱਟ ਦੋ ਬੰਦੇ ਕਹਿੰਦੇ ਲੱਭ ਲਿਆ ਸੋ ਇਹਨੇ ਆਪਣਾ 5 ਦਿੱਤੀ ਆ ਸੋ ਆਪਾਂ ਨੂੰ ਦੋਸਤੋ ਜਿਹੜਾ ਦੂਜਾ ਆਰਡਰ ਸੀਗਾ ਇਹਦੇ ਵਿੱਚ ਆਪਾਂ ਨੂੰ $4 ਦਾ ਆਰਡਰ ਸੀਗਾ ਤੇ 5 ਮਿਲੀ ਆ ਕਸਟਮਰ ਟਿਪ ਟੋਟਲ $9 ਮਿਲੇ ਆਪਾਂ ਨੂੰ ਸੋ $11.50 ਤੇ $9 ਪਾ ਕੇ $20.50 ਆਪਣੇ ਕੋਲ ਆ ਗਿਆ ਟਾਈਮ ਤੁਸੀਂ ਦੇਖ ਲਓ ਆਪਾਂ ਕਿੰਨੇ ਵਜੇ ਸਟਾਰਟ ਕੀਤਾ ਸੀ ਮੈਨੂੰ ਲੱਗਦਾ 5 ਵਜੇ ਕੀਤਾ ਸੀ ਆਪਾਂ ਕਿ 5:30 ਕੀਤਾ ਸੀਗਾ ਦੇਖੋ ਟਾਈਮ ਦੀ ਹਾਂ ਦੋਸਤੋ ਸਭ ਤੋਂ ਪਹਿਲਾਂ ਮਤਲਬ ਆਹ ਦੇਖੋ ਸਟਾਰਟ ਟਾਈਮ 5:30 ਤੇ ਆਪਾਂ ਨੂੰ ਸ਼ਾਇਦ ਆਰਡਰ ਆਇਆ ਸੀ 5:30 ਦਾ ਆਰਡਰ ਆਇਆ ਸੀ ਤਾਂ 6:40 ਹੋ ਗਿਆ 6:37 ਹੋ ਗਿਆ ਘੰਟਾ ਹੋ ਗਿਆ
ਸੋ ਘੰਟੇ ਦੇ ਵਿੱਚ ਆਪਾਂ $20 ਜਿਹੜੇ ਅਰਨਿੰਗ ਕੀਤੀ ਆ, ਤੁਸੀਂ $4-5 ਆਪਦਾ ਤੇਲ ਰੱਖ ਲਓ, ਠੀਕ ਆ, $6 ਤੁਸੀਂ $14 ਘੰਟੇ ਦੀ ਐਵਰੇਜ ਮੰਨ ਕੇ ਚੱਲੋ ਵੀ ਤੁਹਾਨੂੰ ਪੈ ਗਈ, ਠੀਕ ਆ। ਆਪਾਂ ਹੋਰ ਵੀ ਅੱਗੇ ਕਰਦੇ ਹਾਂ, ਡੋਰ ਡੈਸ਼ 'ਤੇ ਮਿਲਦੀ ਹੁੰਦੀ ਆਪਾਂ ਨੂੰ, ਉਹ ਮਿਲਦੀ ਹੁੰਦੀ ਸ਼ਿਫਟ ਮਿਲਦੀ ਹੁੰਦੀ ਆ, ਸੋ ਆਪਣੀ ਸ਼ਿਫਟ ਆਪਾਂ ਅੱਗੇ ਵਧਾਈ ਨਹੀਂ, ਇਹਦੇ 'ਤੇ ਆਪਣੀ ਸ਼ਿਫਟ ਹੁਣ ਅਜੇ ਮਿਲ ਨਹੀਂ ਰਹੀ ਡੋਰ ਡੈਸ਼ ਨਾਲ, ਅਤੇ ਆਪਾਂ ਹੁਣ ਉਬਰ ਦੁਆਰਾ ਔਨ ਕਰਦੇ ਹਾਂ। ਤੁਸੀਂ ਦੋਨੇ ਔਨ ਕਰ ਸਕਦੇ ਹਾਂ, ਤੁਸੀਂ ਜਿੰਨੀਆਂ ਵੀ ਆਪਾਂ ਸੇਮ ਇਕੱਠੀਆਂ ਔਨ ਕਰ ਲਿਆ ਕਰੋ, ਤਾਂ ਕਿ ਜਿਹੜੇ 'ਤੇ ਔਡਰ ਆਵੇ ਤੁਸੀਂ ਚੱਕ ਲਿਆ ਕਰੋ। ਹੁਣ ਆਪਾਂ ਦੁਬਾਰੇ ਉਬਰ ਫਿਰ ਔਨ ਕਰਤੀ, ਕਿਉਂਕਿ ਆਪਾਂ ਇੱਕ ਫਿਰ ਦੋ ਔਡਰ ਆਉਣਾ ਆਪਾਂ ਨੂੰ ਚੰਗਾ ਨਹੀਂ ਲੱਗਦਾ ਹੈ ਨਾ, ਫਿਰ ਜਾਵਾਂਗੇ ਕਿਵੇਂ ਆਪਾਂ ਦੋਨੇ ਔਡਰ ਚੱਕ ਕੇ। ਸੋ ਜਦੋਂ ਔਡਰ ਆ ਗਿਆ ਇੱਕ ਤਾਂ ਦੂਜੀ ਬੰਦ ਕਰ ਦਿਓ। ਸੋ ਹੁਣ ਆਪਾਂ ਉਬਰ ਫਿਰ ਔਨ ਕਰ ਲਈ, ਦੇਖਦੇ ਹਾਂ ਵੀ ਆਪਾਂ ਨੂੰ ਉਬਰ 'ਤੇ ਹੋਰ ਕਿੰਨੇ ਔਡਰ ਆਉਂਦੇ ਇਹ 'ਤੇ। ਆਪਾਂ ਨੂੰ ਉਬਰ 'ਤੇ ਵੀ ਔਡਰ ਆ ਗਿਆ $6 ਦਾ, ਅਤੇ ਆਹ ਦੇਖ ਲਓ ਤੁਸੀਂ, ਪਰ ਇਹ ਹੈਗਾ 9 ਕਿਲੋਮੀਟਰ ਟੋਟਲ। ਚਲੋ ਆਪਾਂ ਚੱਕ ਲੈਂਦੇ ਹਾਂ, ਫਿਰ ਵੀ ਛੱਡਣਾ ਨਹੀਂ ਹੈਗਾ ਆਪਾਂ ਕੋਈ ਔਡਰ, ਅਤੇ ਆਪਾਂ ਅੱਗੇ ਹੀ ਚੱਕਣਾ ਕਿਸੇ ਰੈਸਟੋਰੈਂਟ ਦੇ ਉੱਤੋਂ ਜਦੋਂ ਆਪਾਂ ਜਾਈ ਜਾਂਦੇ ਹਾਂ। ਤੁਸੀਂ ਦੇਖ ਲਓ ਵੀ 9 ਕਿਲੋਮੀਟਰ ਪਾ ਰਹੇ ਅਤੇ ਥੋੜ੍ਹੇ ਜਿਹੇ ਪੈਸੇ ਘੱਟ ਆ, ਜਿਵੇਂ ਉਹ 'ਤੇ ਆਪਾਂ ਨੂੰ ਮਿਲ ਜਾਂਦੇ ਸੀਗੇ ਨਾ $8-9 ਦਾ ਔਡਰ ਆ ਜਾਂਦਾ ਸੀਗਾ, ਇਹ 'ਤੇ 3-4-5-6 ਬਸ ਇੱਥੇ ਕਹੇ ਰਹਿੰਦਾ। ਉਬਰ 'ਚ ਥੋੜ੍ਹਾ ਜਿਹਾ ਫਿਰ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ। ਸੋ ਆਪਾਂ ਔਡਰ ਚੱਕਦੇ ਹਾਂ, ਆਪਣਾ ਤੀਸਰਾ ਔਡਰ ਆ, 1.25 ਘੰਟਾ ਹੋਇਆ ਆਪਾਂ ਨੂੰ, ਅਤੇ ਫਿਰ ਆਪਾਂ ਕਰਦੇ ਹਾਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਹੜੇ ਰੈਸਟੋਰੈਂਟ ਦਾ ਆਇਆ ਅਤੇ ਕਿੱਦਾਂ ਫਿਰ ਆਪਾਂ ਨੂੰ ਰਾਤ ਹੋ ਗਈ ਮਿੱਤਰੋਂ, ਟਾਈਮ ਨਾਲ ਹੀ ਹਨੇਰਾ ਹੋ ਗਿਆ। ਆਪਾਂ ਥੋੜ੍ਹਾ ਸ਼ਾਮ ਨੂੰ ਸਟਾਰਟ ਕੀਤੀ ਕਿਉਂਕਿ ਦਿਨੇ ਆਪਾਂ ਥੋੜ੍ਹੇ ਬਿਜ਼ੀ ਸੀਗੇ ਅੱਜ, ਅਤੇ ਹੁਣ ਆਪਾਂ ਸੋਚਿਆ ਵੀ ਚਲੋ ਤੁਹਾਡੇ ਲਈ ਅੱਜ ਆਪਾਂ ਇਨਕਮ ਦਾ ਸੋਰਸ ਦੱਸੀਏ ਤੁਹਾਨੂੰ ਵੀ ਕਿੰਨੇ ਕੁ ਪੈਸੇ ਬਣਦੇ ਆ ਕਿੰਨੇ ਕੁ ਨਹੀਂ। ਉਹੀ ਗੱਲ ਹੋ ਗਈ ਫਿਰ ਨਹੀਂ, ਬਹੁਤ ਬੱਚੇ ਖਾਂਦੇ ਆ ਬਾਹਰੋਂ, ਸੋ ਆਪਾਂ ਨੂੰ ਵੀ ਆਰਡਰ ਆ ਗਿਆ। ਆਪਾਂ ਯੂਨੀਵਰਸਿਟੀ 'ਚ ਕਿਸੇ ਬੱਚੇ ਨੂੰ ਆਰਡਰ ਦੇਣ ਚੱਲੇ ਆ, ਆਹ ਦੇਖੋ ਲਗੋਮਾ ਯੂਨੀਵਰਸਿਟੀ ਟੂ ਸੈਂਟ ਮੈਰੀ 'ਚ, ਕਿਆ ਬਾਤ ਹੈ। ਪਰ ਆਇਆ ਵੀ ਉਬਰ ਥੋੜ੍ਹਾ ਜਿਹਾ ਟੈਪ ਟੂਪ ਉਬਰ 'ਤੇ ਘੱਟ ਹੀ ਆਉਂਦੀ ਆ, ਅਤੇ ਥੋੜ੍ਹਾ ਜਿਹਾ ਲੋ ਹੀ ਚੱਲਦਾ ਇਹਨਾਂ ਦਾ ਰੇਟ ਆ ਜਿਹੜਾ, ਪਰ ਕੋਈ ਗੱਲ ਨਹੀਂ। ਸੋ ਦੋਸਤੋ ਹੁਣ ਮਤਲਬ ਕਿ ਸਾਨੂੰ ਕਾਲ ਆ ਗਈ ਸੀ, ਘਰੋਂ ਜਾਣਾ ਪਊਗਾ ਹੈ ਨਾ ਸਾਨੂੰ, ਘਰ ਕਿਉਂਕਿ ਕੰਮ ਪੈ ਗਿਆ ਇੱਕ ਮੁੰਡੇ ਨੂੰ, ਅਤੇ ਬਟ ਤੁਸੀਂ ਅਸੀਂ ਇਹ ਰਿਕਮੈਂਡ ਕਰਦੇ ਹਾਂ ਵੀ ਉਬਰ ਵੀ ਕਰ ਦਿੰਦਾ ਪੈਸੇ ਪੂਰੇ ਥੋੜ੍ਹੇ ਬਹੁਤ, ਪਰ ਤੁਸੀਂ ਇੱਕ 'ਤੇ ਡਿਪੈਂਡ ਨਾ ਰਹੋ। ਹੁਣ ਤੁਸੀਂ ਦੇਖਿਆ ਆਪਾਂ ਵੀ 2 ਕੁ ਘੰਟੇ ਹਜੇ ਹੋਏ ਨਹੀਂ ਆਪਾਂ ਨੂੰ ਪੂਰੇ, ਅਤੇ ਆਪਾਂ 20 ਉਹ ਤੋਂ ਕਮਾਏ ਸੀ, $6-26 ਬਣੇ ਆ, ਅਤੇ 1.5-2 ਘੰਟਿਆਂ 'ਚ ਜਾਂ ਤੁਸੀਂ ਲਾ ਲਓ, ਅਤੇ ਮੈਨੂੰ ਲੱਗਦਾ ਠੀਕ ਆ ਖਰਚਾ ਖੁਰਚਾ ਕੱਢ ਕੇ ਤੁਹਾਡਾ ਟਾਈਮ ਪਾਸ ਹੋ ਸਕਦਾ, ਵੀ ਤੁਸੀਂ ਆਪਦਾ ਰੈਂਟ ਵੀ ਭਰ ਸਕਦੇ ਆ, ਆਪਦੀ ਗਰੋਸਰੀ ਵੀ ਲੈ ਕੇ ਆ ਸਕਦੇ ਆ, ਅਤੇ ਹੋਰ ਵੀ ਮਾੜੇ ਮੋਟੇ ਖਰਚੇ ਜਿਹੜੇ ਤੁਸੀਂ ਇਹ ਚੀਜ਼ ਤੋਂ ਚੱਕ ਸਕਦੇ ਆ, ਆਪਦੀ ਗੱਡੀ ਦੀ ਕਮਾਈ ਕੱਢ ਸਕਦੇ ਆ ਜੇ ਤੁਸੀਂ ਹਰ ਰੋਜ਼ ਲਾਉਣੇ ਹੋ। ਹੁਣ ਦੇਖ ਲਓ ਅਸੀਂ 1.5-2 ਘੰਟੇ ਕੀਤਾ ਅੱਜ ਹੈ ਨਾ, ਚਲੋ ਪਾਰਟ ਟਾਈਮ ਐਜ ਕੀਤਾ ਕੰਮ, ਅਤੇ ਸਾਨੂੰ $26 ਬਣ ਗਿਆ, ਅਤੇ ਜੇ ਅਸੀਂ ਕੰਟੀਨਿਊ ਕਰਦੇ ਹੁਣ ਰਾਤ ਨੂੰ ਜ਼ਿਆਦਾ ਔਡਰ ਆਉਂਦੇ ਆ, ਰਾਤ ਨੂੰ ਜ਼ਿਆਦਾ ਪੈਸੇ ਬਣਦੇ ਆ, ਜਿਹੜਾ ਔਡਰ ਹੁਣ $6 ਦਾ ਰਾਤ ਨੂੰ ਹੋ ਸਕਦਾ ਉਹ 8 ਦਾ ਹੋ ਜਾਵੇ, 9 ਦਾ ਹੋ ਜਾਵੇ, ਕਿਉਂਕਿ ਜਿੰਨਾ ਲੇਟ ਨਾਈਟ ਕਰੀ ਜਾਓਗੇ ਉਨੇ ਉਬਰ ਜਾਂ ਜਿਹੜੇ ਡੋਰ ਡੈਸ਼ ਉਹ ਪੈਸੇ ਵਧਾ ਦਿੰਦੇ ਆ ਆਪਣੇ ਔਡਰ ਦੇ ਹੈ ਨਾ। ਸੋ ਤੁਸੀਂ ਇੱਕ 'ਤੇ ਡਿਪੈਂਡ ਨਹੀਂ ਰਹਿਣਾ, ਡੋਰ ਡੈਸ਼ ਬਣਾਓ, ਉਬਰ ਬਣਾਓ, ਸਕਿੱਪ ਬਣਾਓ ਜਿੰਨੀ ਹੋ ਸਕਦੀ ਹੈ ਨਾ, ਕੋਈ ID ਬਣਦੀ ਹੈ ਜਿੱਥੇ ਜਿੱਥੇ ਏਰੀਏ ਦੇ ਵਿੱਚ ਬਣ ਸਕਦੀ ਆ। ਬਾਕੀ ਔਡਰ ਦਾ ਤੁਹਾਡੇ ਏਰੀਏ 'ਤੇ ਵੀ ਡਿਪੈਂਡ ਕਰਦਾ, ਕਿਸੇ ਏਰੀਏ 'ਤੇ ਜ਼ਿਆਦਾ ਪਾਪੂਲੇਸ਼ਨ ਆ ਜ਼ਿਆਦਾ ਔਡਰ ਆਉਂਦੇ ਆ, ਕਿਸੇ ਪਿੰਡ ਦੇ ਵਿੱਚ ਜਿਵੇਂ ਅਸੀਂ ਸੂ ਸੈਂਟ ਮੈਰੀ 'ਚ ਆ, ਇੱਥੇ ਘੱਟ ਪਾਪੂਲੇਸ਼ਨ ਕਰਕੇ ਉਹ ਐਜ਼ ਕੰਪੇਅਰ ਟੂ ਵੱਡੇ ਸ਼ਹਿਰਾਂ ਦੇ ਨਾਲੋਂ ਹੈ ਨਾ, ਤਾਂ ਘੱਟ ਔਡਰ ਆਉਂਦੇ ਆ। ਅਤੇ ਬਾਕੀ ਤੁਸੀਂ ਮੈਨੂੰ ਲੱਗਦਾ ਵੀ ਠੀਕ ਆ, ਪੈਸੇ ਕਮਾ ਸਕਦੇ ਹਾਂ, ਖਰਚਾ ਕੱਢ ਸਕਦੇ ਹਾਂ, 5-4 ਹਜ਼ਾਰ ਦੀ ਗੱਡੀ ਲੈ ਕੇ ਫਾਇਦਾ ਚੱਕ ਸਕਦੇ ਹਾਂ ਜੇ ਕਿਸੇ ਕੋਲ ਕੰਮ ਨਹੀਂ ਹੈਗਾ ਅੱਜ ਦੇ ਟਾਈਮ ਦੇ ਵਿੱਚ, 5-4 ਹਜ਼ਾਰ 3 ਹਜ਼ਾਰ ਦੀ ਗੱਡੀ ਲੈ ਕੇ ਆਪਦਾ ਖਰਚਾ ਤੁਸੀਂ ਵਧੀਆ ਕੱਢ ਸਕਦੇ ਹਾਂ, ਮੇਰੇ ਹਿਸਾਬ ਦੇ ਨਾਲ ਕਮਾਈ ਕਰ ਸਕਦੇ ਹਾਂ। ਬਾਕੀ ਤੁਸੀਂ ਦੇਖ ਹੀ ਲਿਆ ਅੱਜ 2 ਕੁ ਘੰਟਿਆਂ 'ਚ ਆਪਾਂ ਨੂੰ ਪੈਸੇ ਬਣ ਗਏ ਵਧੀਆ, ਜੇ ਆਪਾਂ ਲੱਗੇ ਰਹਿੰਦੇ 5-6-7-8 ਘੰਟੇ ਲਾਉਂਦੇ ਤਾਂ ਬੰਦਾ 150-100 ਦੇ ਉੱਤੇ ਜਾਂ $200-$200 ਕਮਾ ਸਕਦਾ ਬੰਦਾ, ਖਰਚਾ ਵਿੱਚ ਪਾ ਕੇ ਜੇ $50 ਦਾ ਤੇਲ ਲਾ ਲਓ ਤੁਸੀਂ, $150 ਮੰਨ ਕੇ ਚੱਲੋ ਵੀ ਦਿਹਾੜੀ ਤੁਸੀਂ ਪਾ ਸਕਦੇ ਹਾਂ ਜਿੱਦੇ ਦਿਨ ਵਧੀਆ ਲੱਗਦਾ। ਸੋ ਇਹੀ ਰੈਕਮੈਂਡੇਸ਼ਨ ਆ, ਅਤੇ ਡੋਰ ਡੈਸ਼ 'ਤੇ ਅਤੇ ਸਕਿੱਪ 'ਤੇ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਨਹੀਂ ਹੁੰਦੀ, ਕਿਸੇ ਦੀ ਵੀ ID ਯੂਜ਼ ਕਰ ਸਕਦੇ ਹਾਂ, ਅਤੇ ਸਾਰਾ ਕੁਛ ਓਕੇ ਆ, ਤੁਸੀਂ ਦੇਖ ਹੀ ਲਿਆ। ਅਤੇ ਇਹੀ ਅੱਜ ਦੀ ਵੀਡੀਓ ਆ, ਇੱਥੇ ਆਪਾਂ ਕਰਦੇ ਹਾਂ ਐਂਡ,
ਤੇ ਧੰਨਵਾਦ ਦੋਸਤੋ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੇ ਕਿਸੇ ਨੇ ਨਹੀਂ ਕੀਤਾ। ਆਪਾਂ ਅੱਗੇ ਹੋਰ ਤੁਹਾਨੂੰ ਕੈਨੇਡਾ ਦੇ ਕਿਹੜੇ ਕਿਹੜੇ ਨਵੇਂ ਤੁਸੀਂ ਕੰਮ ਕਰ ਸਕਦੇ ਹਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਸਪੋਰਟ ਜ਼ਰੂਰ ਕਰਿਆ ਕਰੋ ਯਾਰ, ਆਪਾਂ ਤੁਹਾਡੇ ਕਰਕੇ ਹੀ ਹਨਾ ਵੀਡੀਓ ਪਾਉਂਦੇ ਹਾਂ। ਤੁਸੀਂ ਜੇ ਆਪਣੇ ਸਪੋਰਟ ਨਹੀਂ ਕਰੋਗੇ ਤਾਂ ਫਿਰ ਆਪਣਾ ਚੈਨਲ ਅੱਗੇ ਕਿਵੇਂ ਵਧੂਗਾ, ਜਾਂ ਆਪਾਂ ਕਿਵੇਂ ਫਿਰ ਮੋਟੀਵੇਸ਼ਨ ਆਊਗੀ ਆਪਾਂ ਨੂੰ। ਜੇ ਤੁਸੀਂ ਲਾਈਕ ਸ਼ੇਅਰ ਕਰਦੇ ਹਾਂ, ਕਮੈਂਟ ਕਰਦੇ ਹਾਂ ਤਾਂ ਮੋਟੀਵੇਸ਼ਨ ਮਿਲਦੀ ਆ, ਆਪਾਂ ਤੁਹਾਨੂੰ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ। ਧੰਨਵਾਦ।